दसना चाहना नवतेज सिंह गुगू ओ जुझारू योधा गा जिन्हां ने अजीत सिंह पूले दा जेल दे विच सौदा लाया सी ओ मैं नवतेज सिंह गुगू वीर दे बारे गलबात करनी है। कि ओ किसे साडे देश दे विरुद्ध कोई काम करदा, कि लोड़वंदां दी मदद करना, कि किसे गरीब दा इलाज करना बिना किसे भेदभाव दे, कि ये कोई जुर्म? SHO आके गुगू नाल गलबात करदा कि इत्थे इस तरह करके एक राजस्थान दा बंदा इदा इदा करके इत्थे आया, असीं उहनूं देखणा। उन्होंने कहा जी बंदा आया जरूर सी पर इत्थों हुण चलिया गया, सानू नहीं सी पता भी ये मसला की मसला गा, क्यों फड़िया गया ते उहदा कारण की आ। साढ़े कोलों मरीज बन के आया सी, उहदा एक्सीडेंट हो गया ते असीं उहदा इलाज करता। साढ़े कोल कोई भी आवे, हिंदू आवे, मुसलमान आवे, सिख आवे, ईसाई आवे, असी कदे किसी का पिंड गोत धर्म नहीं पुछया, असी उहदा इलाज करदे आ। उत्थे पुलिस आउंदी आ, पुलिस इस तरह एक धाड़वियां दी तरह आउंदी आ, उत्थे गाली गलोच करदी आ, उच्चा नीवा बोलदी आ। और उत्थे जिहड़ा हजूम इकट्ठा होया होया सी, लोग जिहड़े इलाज कराउण आए सी, उन्हां ने जदों उस सिटी थाने दे SHO दी बदतमीजी देखी, उन्हां नूं बर्दाश्त नहीं होई। हजूम है जी, जनता जी, उन्हां दे सामने तुसीं आपदी दादागिरी दिखाओगे उह तां बर्दाश्त नहीं करदे। बिना कसूर तों, बिना गल तों जिहड़ी दादागिरी आ किसे ते, उह नहीं बर्दाश्त करदे। लोग गुगू नूं चाहुंदे आ क्योंकि गुगू लंबे समें तों उत्थे सेवा करदे आ। लोकां नूं पता इस दे बारे, उत्थों दे प्रशासन नूं भी लगभग पता गा, उत्थों दे DC साहब नूं भी पता गा, उत्थों दे SMO साहब नूं भी पता गा। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਵੀਰਾਂ ਨੂੰ ਫਤਿਹ ਆ, ਪ੍ਰਵਾਨ ਕਰਿਓ ਜੀ। ਜੋ ਕਿ ਜਿੰਨੇ ਕੁ ਵੀਰ ਫੇਸਬੁੱਕ 'ਤੇ ਜੁੜੇ ਹੋਏ ਆ, ਸਾਰੇ ਵੀਰਾਂ ਨੂੰ ਲਗਭਗ ਪਤਾ ਹੀ ਆ ਕਿ ਮਸਲਾ ਜਿਹੜਾ ਕਰੀਬ 10 ਦਿਨ ਤੋਂ ਬਹੁਤ ਹੀ ਉਲਝਿਆ ਹੋਇਆ ਗਾ, ਉਹ ਮਸਲਾ ਗਾ ਨਵਤੇਜ ਸਿੰਘ ਗੁੱਗੂ ਵੀਰ, ਜੋ ਬਟਾਲੇ ਦੇ ਵਿੱਚ ਇੱਕ ਬਹੁਤ ਵੱਡਾ ਹੌਸਪੀਟਲ ਚਲਾ ਰਹੇ ਨੇ, ਬਹੁਤ ਚੰਗੇ ਜਿਹੜੇ ਸਮਾਜ ਸੇਵੀ ਨੇ। ਮੈਂ ਦੱਸਣਾ ਚਾਹੁੰਦਾ ਨਵਤੇਜ ਸਿੰਘ ਗੁੱਗੂ ਉਹ ਜੁਝਾਰੂ ਯੋਧਾ ਗਾ ਜਿਨ੍ਹਾਂ ਨੇ ਅਜੀਤ ਸਿੰਘ ਪੂਲੇ ਦਾ ਜੇਲ੍ਹ ਦੇ ਵਿੱਚ ਸੌਦਾ ਲਾਇਆ ਸੀ, ਉਹ ਮੈਂ ਨਵਤੇਜ ਸਿੰਘ ਗੁੱਗੂ ਵੀਰ ਦੇ ਬਾਰੇ ਗੱਲਬਾਤ ਕਰਨੀ ਆ। ਮਸਲਾ ਬਹੁਤ ਉਲਝਿਆ ਹੋਇਆ ਔਰ ਗੁੱਗੂ ਵੀਰ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਵੀ ਕਰ ਲਿਆ। ਅਸਲ ਮਸਲਾ ਕੀ ਆ, ਜਿੰਨਾ ਕਿ ਮੇਰੀ ਜਾਣਕਾਰੀ 'ਚ ਆ, ਕਿਉਂਕਿ 250 ਕਿਲੋਮੀਟਰ ਦੂਰ ਬੈਠੇ ਹਾਂ, ਪਰ ਜਿੰਨੀ ਗੁੱਗੂ ਵੀਰ ਦੇ ਦੱਸਣ ਮੁਤਾਬਕ ਸੀ ਗੱਲ, ਕਿਉਂਕਿ ਮੇਰੀ ਕੱਲ੍ਹ 4 ਵਜੇ ਮੇਰੀ ਗੁੱਗੂ ਦੇ ਨਾਲ ਗੱਲਬਾਤ ਵੀ ਹੋਈ ਸੀਗੀ, ਹੈ ਨਾ, ਅਤੇ ਉਹਦੇ ਬਾਰੇ ਜਾਂ ਜਿੰਨੀ ਕੁ ਉੱਥੋਂ ਦੇ ਜਿਹੜੇ ਮਿੱਤਰ ਦੋਸਤ ਆ ਉਹਨਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਾਂ NRI ਵੀਰਾਂ ਨੇ ਜਿੰਨਾ ਕੁ ਤੁਸੀਂ ਦੱਸਿਆ, ਹੈ ਨਾ, ਉਸ ਮਸਲੇ ਬਾਰੇ ਆਪਾਂ ਗੱਲਬਾਤ ਕਰਾਂਗੇ ਕਿ ਵੀਰ ਨਵਤੇਜ ਸਿੰਘ ਗੁੱਗੂ ਅਸਲ ਉਹਨੂੰ ਗ੍ਰਿਫਤਾਰ ਕਿਉਂ ਕੀਤਾ, ਉਹਤੇ ਪਰਚਾ ਕਿਉਂ ਕਰਤਾ, ਔਰ ਉਹਦੇ ਨਾਲ ਦੇ 19 ਸਾਥੀਆਂ 'ਤੇ ਪਰਚਾ ਕਿਉਂ ਕੀਤਾ ਜਿਹਦੇ 'ਚ ਨਵਤੇਜ ਸਿੰਘ ਗੁੱਗੂ ਨੂੰ ਇਸ ਤਰ੍ਹਾਂ ਇੱਕ ਹਊਆ ਬਣਾ ਕੇ 250-250 ਬੰਦਾ ਪੁਲਿਸ ਦਾ ਔਰ ਹਸਪਤਾਲ ਨੂੰ ਚਾਰੇ ਪਾਸਿਆਂ ਤੋਂ ਘੇਰ ਕੇ ਨਵਤੇਜ ਗੁੱਗੂ ਨੂੰ ਫੜ ਕੇ ਪੰਜਾਬ ਪੁਲਿਸ ਥਾਣੇ 'ਚ ਬੰਦ ਕਰ ਦਿੰਦੀ ਆ, ਉਹਦਾ ਕਾਰਨ ਕੀ ਆ? ਕੀ ਉਹ ਕੋਈ ਟੈਰਰਿਸਟ ਆ? ਕੀ ਉਹ ਕਿਸੇ ਸਾਡੇ ਦੇਸ਼ ਦੇ ਵਿਰੁੱਧ ਕੋਈ ਕੰਮ ਕਰਦਾ? ਕੀ ਲੋੜਵੰਦਾਂ ਦੀ ਮਦਦ ਕਰਨਾ? ਕੀ ਕਿਸੇ ਗਰੀਬ ਦਾ ਇਲਾਜ ਕਰਨਾ ਬਿਨਾਂ ਕਿਸੇ ਭੇਦਭਾਵ ਦੇ, ਕੀ ਇਹ ਕੋਈ ਜੁਰਮ? ਜੇ ਗੁੱਗੂ ਵੱਲੋਂ ਲਗਾਤਾਰ ਕਿੰਨੇ ਸਾਲਾਂ ਤੋਂ ਸੰਗਤ ਦੇ ਸਹਿਯੋਗ ਨਾਲ ਕਰੋੜਾਂ ਦੀ ਲਾਗਤ ਨਾਲ ਬਣੇ ਹੋਏ ਹੌਸਪੀਟਲ ਦੇ ਵਿੱਚ ਜਿਹੜੇ ਇਲਾਜ ਸਰਕਾਰੀ ਹਸਪਤਾਲਾਂ 'ਚ ਨਹੀਂ ਹੁੰਦੇ ਔਰ ਪ੍ਰਾਈਵੇਟ ਹਸਪਤਾਲਾਂ 'ਚ ਔਰ ਮਹਿੰਗੇ ਤੋਂ ਮਹਿੰਗੇ ਇਲਾਜ ਜਿਹੜੇ ਨੇਗੇ ਉੱਥੇ ਬਿਲਕੁਲ ਫਰੀ ਹੁੰਦੇ ਆ, ਕੀ ਗੱਲ? ਇਹ ਪੰਜਾਬ ਸਰਕਾਰ ਨੂੰ ਜਾਂ ਬਟਾਲੇ ਦੇ DC ਸਾਹਿਬ ਨੂੰ ਬਰਦਾਸ਼ਤ ਨਹੀਂ ਹੋਈ ਗੱਲ? ਹੁਣ ਹਸਪਤਾਲ ਦੇ ਵਿੱਚ ਕਿੰਨੇ ਮਰੀਜ਼ ਪਏ ਆ, ਉਹਨਾਂ ਦਾ ਜ਼ਿੰਮੇਵਾਰ ਕੌਣ? ਕਿਉਂਕਿ ਨਵਤੇਜ ਸਿੰਘ ਨੂੰ ਤਾਂ ਫੜ ਕੇ ਥਾਣੇ 'ਚ ਬੰਦ ਕਰਤਾ ਅਤੇ ਉਹਨਾਂ ਦੇ 19 ਸਾਥੀਆਂ 'ਤੇ ਪਰਚਾ ਕਰਤਾ। ਪਰਚਾ ਕਿਉਂ ਹੋਇਆ ਮੈਂ ਡਿਟੇਲ ਵਿੱਚ ਸੰਗਤ ਨੂੰ ਦੱਸੂੰਗਾ ਕਿ ਪਰਚਾ ਕਿਉਂ ਹੋਇਆ, ਹੈ ਨਾ। ਨਵਤੇਜ ਗੁੱਗੂ ਵੀਰ ਦੇ ਹੌਸਪੀਟਲ ਦੇ ਵਿੱਚ ਅੱਜ ਤੋਂ ਕਰੀਬ 9-10 ਦਿਨ ਪਹਿਲਾਂ ਇੱਕ ਮਰੀਜ਼ ਆਉਂਦਾ, ਜਿਸ ਮਰੀਜ਼ ਦਾ ਇਲਾਜ ਕੀਤਾ ਜਾਂਦਾ ਉਹਦੇ ਦੱਸਣ ਮੁਤਾਬਕ ਕਹਿੰਦਾ ਜੀ ਮੇਰਾ ਐਕਸੀਡੈਂਟ ਹੋ ਗਿਆ, ਔਰ ਉਹ ਮਰੀਜ਼
शायद पुलिस का भगौड़ा बंदा सी जां नहीं है वो बारे आप नहीं कह सकते। उदा इलाज होया जदों गुगू नूं इस गल का पता लग्या तो उन्होंने उत्थों उन्हूं कहता जी वीर जे पंजाब पुलिस का मसला है ना तो तुसीं प्लीज़ इत्थों चले जाओ ना। पहली गल सवेरे उत्थे पुलिस आउंदी आ बटाले सिटी थाने का SHO आउंदा SHO आके गुगू नाल गलबात करदा कि इत्थे इस तरह करके एक राजस्थान का बंदा इदा इदा करके इत्थे आया असीं उन्हूं देखना। उन्होंने कहा जी बंदा आया जरूर सी पर इत्थों हुण चलिया गया सानू नहीं सी पता भी ये मसला की मसला गा क्यों फड़िया गया तो उहदा कारण की आ। साडे कोल मरीज बन के आया सी उहदा एक्सीडेंट हो गया तो असीं उहदा इलाज करता। साढ़े कोई भी आवे हिंदू आवे मुसलमान आवे सिख आवे ईसाई आवे असी कदे किसी का पिंड गोत धर्म नहीं पुछया असी उहदा इलाज करते हैं क्योंकि साडा धर्म के मरदे नूं बचाउणा असी भी उहदा इलाज किया। टवाणा साहब सत श्री अकाल भाई तो असी उहदा इलाज किया। इलाज करन तों बाद चले गए उत्थे पुलिस आउंदी आ पुलिस इस तरह एक धाड़वियां दी तरह आउंदी आ उत्थे गाली गलोच करदी आ उच्चा नीवा बोलदी आ और उत्थे जिहड़ा हजूम इकट्ठा होया होया सी लोग जिहड़े इलाज कराउण आए सी उन्होंने जदों उस सिटी थाने दे SHO दी बदतमीजी देखी उन्हां नूं बर्दाश्त नहीं हुई। हजूम है जी जनता जी उन्हां दे सामने तुसीं आपदी दादागिरी दिखाओगे वो तो बर्दाश्त नहीं करदे। हाँ कोई चोर आ कोई बंदा अपराधी आ उहदे ते दादागिरी विखाओ गल वक्खरी आ। बिना कसूर तो बिना गल तो जिहड़ी दादागिरी आ किसे ते वह नहीं बर्दाश्त करदे। लोग गुगू नूं चाहुंदे आ क्योंकि गुगू लंबे समय तो उत्थे सेवा करदे आ लोगों नूं पता इस दे बारे उत्थों दे प्रशासन नूं भी लगभग पता गा उत्थों दे DC साहब नूं भी पता गा उत्थों दे SMO साहब नूं भी पता गा सारे उत्थों दे उच्च अधिकारियों नूं पता उत्थों दे राजनीतिक भावें कोई अकाली आ भावें कोई कांग्रसी आ भावें कोई हाथी वाला भावें कोई झाड़ू वाला कोई मर्जी पार्टी का बंदा हो यार साडा किसी नाल निजी वैर विरोध नहीं हैगा ठीक है। उत्थे जिन्ने पार्टियां दे बंदे आ सारिआं नूं पता भी असल मसला की आ नवतेज सिंह गुगू दा ते उहदे ते क्यों पुलिस चढ़ के गई ते क्यों नवतेज गुगू नूं फड़िया गया और 19-20 जने ते परचा हुंदा समेत गुगू वीर दे और वह जिहड़े जिहड़े बंदिआं दे परचा हुंदा सारे डरदे डरदे वड्डे वड्डे डॉक्टर जिहड़े ने स्पैशलिस्ट डॉक्टर जिहड़े ने वह बेचारे घरां 'च बहि गए। उन्हां नूं घरे जा के पुलिस ने धमकाया कि गल सुण लो तुसीं गुगू दे होस्पिटल नहीं जाना और वह सारे चुप करके उत्थे बहि गए बेचारे नहीं आए है ना। गुगू जिहड़े उत्थे मरीज़ दाखल ने किवें उन्हां ने उन्हां दा इलाज किया जां चल रहा वह तो ज़्यादा गुगू जानता या जिन्हों का इलाज हो रहा या रब जानता वाहिगुरू जानता ना बाबा नानक जानता कि उन्हों का इलाज किस हिसाब नाल हो रहा। जिहड़े लोगों का उत्थे इलाज हो रहा उन्हों का कोई जिम्मेवार हैगा हुण कि उत्थों दे SHO SSP साहब SMO साहब DC साहब तुसीं इन्हां गल्लां दा जवाब दे सकदे हो कि जिहड़े बंदियां दा उत्थे इलाज हो रहा उन्हां दा इलाज रुक गया कित्थे तां तुसीं इलाज करवाउणा सी किहड़े हस्पताल दे डाक्टर जाके किहड़ी टीम बनाती तुसीं कि जाके टीम उत्थे दाखल हस्पताल दे विच जिहड़े मरीज़ ने उन्हां दा तुसीं इलाज कर रहे हो ठीक है। गुगू नूं तां फड़ लिया तुसीं डाक्टरां नूं धमकाता उत्थे कोई जा नहीं रहा असल कारण उत्थे हाथों पाई हुंदी आ बदसलूकी हुंदी आ। तुसीं लाइव गुगू दे पेज ते जाके सारी गलबात तुसीं देख सकदे हो किद्दां SHO आउंदा SHO धमकी दिंदा नवतेज नूं सरेआम कैमरे दे मूहरे कि मैं तेरे ते इहो जिहा परचा करूँगा कि तू जिंदगी भर याद रखेंगा तैनूं सारी उम्र जेल 'च साड़ दूं मैं तेरे ते इहो जिहा परचा करूँ धमकी देगा ऑन रिकॉर्ड गुगू दे पेज ते इह सारी चीज़ पई आ है ना। उस तों बाद की हुंदा गा जदों उहदे ते परचा हो जांदा माफ़ करना उत्थे जिहड़ा हजूम आ वह उन्हां दे मगर पैंदा ते पुलिस भजदी आ उहदे विच लोकां ने जिहड़े लोकां दे हत्थ विच आ जी लोकां दे हत्थ विच उत्थे कौन सी कौन नहीं सी उहदे बारे असीं नहीं कहिंदे लोकां ने डांगा चक्कियां सोटे जिहदे जिहड़े हत्थ च आ उह पुलिस दे मगर पै गई और पुलिस दी गड्डी जिहड़ी आ टुट गई तोड़ भन्न हो गई ते उस तों बाद तोड़ भन्न होण तों बाद जिहड़े उत्थों दे SHO आ सिटी थाने दा SHO आ जिहड़ा उहने गुगू नूं बड़ा बड़ा लम्मा चमा कुछ ना कुछ बोलिया चलिया। वह कहिंदा भी कोई गल नहीं वेख लाँगे गुगू कहिंदा असीं किसी दा इलाज करता तो असीं इहदे 'च गुनाह की करता है ना जे तुहानूं लगदा भी वह बंदा गल सी तुसीं फड़ लो सानूं की पता कौन आ कित्थों आया की गलबात असीं कहिड़ा किसी दी डिटेल मंगदे हां। जे कोई सहारा लैण साडे हस्पताल दा आ गया किसी दा इलाज करना तो असीं इलाज करदे हां ना। असीं कदे किसी दा धर्म जां गोत नहीं पुछिया कि तेरा धर्म की आ तेरा गोत की आ। उस तो बाद संगत जी की होया मैं सारे लोगों को दसना चाहना भावें देश है भावें विदेश है भरावो उस तो बाद की होया उत्थे पूरे हॉस्पिटल नूं सील कर दिता गया कि जी इत्थे करोना के दो मरीज आए करोना के मरीज आए उत्थे करीब जितों तक मेरी जानकारी है 35-40 बंदे टेस्ट होए
35 करीब के 35 बंद टैसट हो जिद 32-33 बंद जोड़े ने नैगेटिव आए हैं और दो पॉजिटिव पेशेंट आए है ना। वो जोड़े पेशेंट आए पॉजिटिव उन्हों का इलाज शुरू हो गया, इलाज चली गया है ना। उन्होंने कोरोना की आड़ हेठ नवतेज सिंह गुगू न ये करोना की आड़ ले ली बस कटनिया तक, क्योंकि गुगू लाइव के समय समय से उतों के प्रशासन के खिलाफ, उतों के डॉक्टर के अधिकारियों के खिलाफ, तो उतों जड़िया मौजूदा सरकार ने भावें अकाली सरकार रही है जी। अकाली सरकार ने जेकर कोई गलत काम किया तो गुगू वो बारे भी बोलिया, जे कांग्रेस सरकार ने कोई गलत गल की आ जा कांग्रेस सरकार के दौरान कोई धक्के साई आ तो गुगू लैब के बोलता रहा है ना। तो वह गल् जे उन्होंने बर्दाश्त नहीं हुई। हूँ कल का मसला गा, कल नवतेज सिंह गुगू नूं फड़ लिता गया, उतों के जोड़े लोकल बंदे ने गे लोकल प्रशासन लोकल जिन्हें उत्तर जो नौजवान मुंडे तुहाडियां जमीरां मर गईयां बटाले के नौजवान की आम आदमी पार्टी वाले जो वोटां लैन जाते हैं आम आदमी पार्टी आ भावें अकाली आ कांग्रसी आ उतों के कोई प्रधान एमसी जां कोई होर है नहीं है यार तुहाडियां जमीरां मर गईयां कि लोगों का भला करना कोई अपराध आ। कोई बंदा वो हक च नहीं बोलिया। दूसरी गल जे मीडिया वाले बंदे ने अगे जी नवतेज गुगू साढ़े नाल गल नहीं करता, जे तुसीं जाओगे तो फिर ही गल करूगा। अज कुछ बंदे प्रेस वाले के भी फोन आए से मैं गलबात की आ अगे सवेर का भीर जी कल का फड़िया, सारी रात लंघ गई सारा दिन लंघ गया करीब 5:15 बज चुके आ, किहड़ा मीडिया जाके नवतेज गुगू की सच्चाई ग्राउंड से दस के आया कि असीं वह नच लक हिलाउण वालियां भाबियां कोई प्रधानमंत्री कोई संतरी असी उन्हां दियां वीडियो तो सोशल मीडिया से बड़ियां पाईयां ने कि इन्हां बारी साडा मूँह बंद हो गया कि सानू किसी ने सरकारी बंदे ने किसी सरकार ने कहता भी तुसी मीडिया ने उत्थे जाना नहीं है की गल भी तुसी बोलदे कातों नहीं गे किहड़ा समाज सेवी। एक बंदे ने वीडियो पाई है पिछे जे हुणी 1.5-2 घंटे पहलां दी गल कि असी जी असी पाया भी वह बंदे कित्थे ने जिहड़े हर मुद्दे ते लाइव हुंदे आ, कुत्ता मर जाए तां वी लाइव हो जांदे आ ना। तो गुगू वाले मसले तो लाइव कातों नहीं हुए जाके भी गुगू का हस्पताल चारे पास तो सील करता, इतने जोड़े मरीज दाखिल ने और उन्होंने बेचारे ने इलाज रोक गए। एडा अपराधी बंदा नहीं है, वो अंदर एक जनून आ नवतेज के अंदर एक जनून आ गा भी मैं लोगों की सेवा करनी है पब्लिक की सेवा करनी है। तो की यार सेवा करना कोई अपराध है, सेवा करना कोई जुर्म आ है। उस तो बाद की होया इन्होंने उच्च अधिकारियों सारी गलबात की लंबा समा चली गया, सारे डॉक्टर तुम डराता धमकाता हस्पताल बेचारा कोई आवे आ गया नहीं है ना। उस तो बाद संगत जी की होया कल इन्होंने नवतेज गुगू की गिरफ्तारी कर ली, तो जेडे वीर उत्थे जाते जिन्होंने वीडियो पाई है घंटा 1.5 घंटा पहला कि असी उत्थे जाते SHO साहब नाल गल हो गई है जी कि SHO साहब कहिंदे जी 1-2 दिनां च जमानत हो जू, पुलिस कदे नहीं कहिंदी। जिहड़े बंदे ने परचे झले आ जिहड़ा ने देखिया जिन्हां ने जेलां कट्टियां ने उन्हां बंदियां नूं पता है कि पुलिस कदे नहीं कहू दसूगी भी बंदा किन्ने समें च बाहर आजू, बाहर कोर्ट ने भेजना हुंदा ठीक है ना। अगे पंजाब पुलिस उत्थों दे SHO साहब SHO तां सरेआम लाइव च गालां कढ़दा उहनूं, तुसीं खुद उहदा लाइव जाके देखो ठीक है ना, तुसीं लाइव जाके देखो खुद उह कही के गया नवतेज गुगू नूं धमकी दे के गया कि नवतेज मैं तेरे दा इहो जिहा परचा करूँगा कि तू सारी उम्र याद रखेगा। वह लाइव बंदा कह के गया यार तुसी उसे बंदे कोले जाके फिर तुसी जाके गलबात कर दियो कि सानू दसो जी नवतेज का मसला की, वह कहना 2 दिन जमानत हो जाओ तुसी रुक जाओ तुसी इत्थे इकट्ठ ना करो। 21 तरीक का जी रख्या होया सीगा प्रोटेस्ट ठीक है, उत्थे सिटी थाने च एंबूलेंस बंद करती, सिटी थाने दे विच एंबूलेंस बंद करती कि वह मीडिया नूं दिसी नहीं कि उत्थों के अखबारों वाले दिसी नहीं। उंज तो तुम बथेरिया खबर लाने आ फलाने का कुत्ता मर गया जी, फलाने लीडर की गड्डी पेंचर हो गई, फलाने लीडर का चलान कटता, यह तो गल्लां साडे कोल करन करवाउण बहुत ने। बटाला साहब के DC साहब तुहानू कहना चाहुंदे तुसीं एक बार दिल से हथ रख के कह दो, एक बार हथ रख के कह दो दिल से भी गुगू जिहड़ा वह धक्का भी उत्थे इलाज नहीं सी करदा लोड़वंदां दा, एक बार कह दो यार ठीक है। हाँ जिहड़े बंदे आप हुदरियां करदे आ वो भावें मैं होवां भावें मेरा प्यो आ भावें कोई मेरा होर आ, वह कोई भी यार भावें किसी जात चा धर्म चा कोई भी बंदा, जे कोई बंदा धक्के साही करता चेते रखियो परमात्मा दे घर की चक्की जिहड़ी है ना ये चलती तो बहुत हौली आ ये चक्की पर पींदी बहुत बरीक है, चेते रखियो। जे असी धक्के करांगे ना किसी नाल ते जे लोग करोना नाल मरदे तो करोना साडे घर च भी आ सकदा,
आड़ ले ली करोना की। अगे जी करोना के पेसेंट आया इतने ता असी हस्पताल सील करता, वो तो बदे दियाँ जिहड़ियां सरेआम धमकियां दे के गया, सरेआम परचे की गल कह के गया कि असी परचा दर्ज कर देंगे तो तू सारी उम्र जेलों बाहर नहीं आ सकता। वो बंदा सानू दिसया नहीं। सो मैं सारे संगतां नू आवाम नू देश विदेश में जिन्हें एन आर आई वीर बैठे आ सारे नू हाथ जोड़ के बेनती करदा कि भरावो जिथों तक बाह लगती है इनू एक लोक लहर बनावो। समाज सेवी बंदयां नाल जिहड़ा धक्का हुंदा जे नवतेज नाल हुंदा यार कल नू साडे नाल भी हो सकदा। सारे जिन्हें समाज सेवी वीर अज गए सीगे जां तुरे सी रस्ते जिवें भी गलबात हुई वो पुलिस दे कहण ते वापस आ गए है ना। नाले पंजाब पुलिस कदे भी तुहानू सच्चाई नहीं दसूगी कि सच्चाई की आ। सच्चाई ये आ पहला तो यह भी इन्होंने उस बंदे का इलाज किया रास्ता नाले का, ठीक है। इलाज होने तो बाद वो बंदा शिफ्ट हो जाता और पंजाब पुलिस वो एंबूलेंस चक के सिटी थाने बंद कर देंदी है, ठीक है। उस तो बाद जो सिटी थाने बंद कर देंदी है तो 19 जने दे परचा हो जाता, फिर करोना की आड़ लेती जाती है, करोना टैस्ट होंदे आ, दो मरीज पॉजिटिव होंदे आ, बाकी 32 बंदे उहदे च नैगेटिव होंदे आ। इस करके ना सियासतां नूं समझिए, सरकार कदे नहीं चाहती कि कोई सरकार दे उपर दी हो के कोई इहो जिहा कम करे, ठीक है। वह भावें कोई भी आ, भावें नवतेज आ, कल कोई होर भी हो सकता। मैं मीडिया वाले वीरां नूं हाथ जोड़ के बेनती करदा कि भरा बन के यार उत्थे ग्राउंड ते जाओ, उंज तां तुसीं बथेरा आपां लई फिरदे रहिंदे आ, मेरे भरा ने सारे मीडिया वाले, इहो जिही गल नहीं है। उदों उंज भी असीं लै के मैं कदे किसी की इंटरव्यू करन जांदे आ, कदे किसी की इंटरव्यू करन जांदे आ, भरा बन के उत्थों उत्थे जिहड़े मरीज़ दाखल आ ਉੱਥੇ ਜਾ ਕੇ ਕੱਲ੍ਹ ਦੇਖੋ, ਕੱਲ੍ਹ ਲਾਈਵ ਉਹਨੇ ਨਵਤੇਜ ਨੇ ਸਾਰੀ ਗੱਲਬਾਤ ਦਿਖਾਈ ਹੈ ਨਾ। ਉਹ ਥੱਲੇ ਗਿਆ ਕਿਸ ਤਰ੍ਹਾਂ 200 ਬੰਦਾ ਇੱਕ ਹਊਆ ਬਣਾ ਤਾ, ਜਿਦਾਂ ਕਿ ਜਿਵੇਂ ਕਿਸੇ ਬਾਹਲੇ ਵੱਡੇ ਟੈਰਰਿਸਟ ਨੂੰ ਫੜਨ ਆਉਣੇ ਹੁੰਦੇ ਹਾਂ ਅਸੀਂ, ਹੈ ਨਾ, ਵੀ ਕੋਈ ਬਹੁਤ ਵੱਡਾ ਅਪਰਾਧੀ ਆ ਜੀ। 200 ਬੰਦਾ 150-200 ਬੰਦਾ ਲੈ ਕੇ ਇੱਕ ਧਾੜਵੀ ਤਰ੍ਹਾਂ ਜਾ ਕੇ ਬੰਦੇ ਨੂੰ ਫੜਨਾ, ਹਸਪਤਾਲ ਨੂੰ ਘੇਰਾ ਪਾ ਲੈਣਾ ਇੱਕ ਬੰਦੇ ਨੂੰ ਫੜਨ ਦੀ ਖਾਤਰ, ਕੀ ਸਾਬਤ ਕਰਨਾ ਚਾਹੁੰਦੀ ਆ ਪੰਜਾਬ ਪੁਲਿਸ ਕਿ ਪੰਜਾਬ ਦੇ ਵਿੱਚ ਸੇਵਾ ਕਰਨ ਵਾਲੇ ਬੰਦੇ ਅਪਰਾਧੀ ਆ? ਕੀ ਉਹ ਕੋਈ ਟੈਰਰਿਸਟ ਆ, ਕੋਈ ਅੱਤਵਾਦੀ ਆ? ਕੀ ਉਹਦੀ ਕੋਈ ਗਤੀਵਿਧੀ ਦੇਸ਼ ਦੇ ਖਿਲਾਫ਼ ਆ? ਕੀ ਲੋਕਾਂ ਦਾ ਇਲਾਜ ਕਰਨਾ, ਲੋਕਾਂ ਦੀ ਭਲਾਈ ਕਰਨੀ ਕੋਈ ਅਪਰਾਧ ਆ? ਸੋ ਸੰਗਤ ਜੀ, ਮੈਂ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ ਕਿ ਧੱਕੇ ਝੂਠਾ ਪਰਚਾ, ਅਤੇ ਪਰਚਾ ਕਾਹਦਾ ਕੀਤਾ ਕਿ ਇਹਨਾਂ ਨੇ ਗੱਡੀਆਂ ਭੰਨਤੀਆਂ, ਗੱਡੀਆਂ ਨਵਤੇਜ ਨੇ ਥੋੜ੍ਹੀ ਭੰਨੀਆਂ ਨੇ, ਨਵਤੇਜ ਨੇ ਡਾਂਗ ਜ਼ਰੂਰ ਖੋਹੀ ਆ ਪੁਲਿਸ ਵਾਲੇ ਤੋਂ, ਜਿਹੜਾ ਮੂਹਰੇ ਉਹ 'ਤੇ ਨਵਤੇਜ ਦੇ ਡਾਂਗ ਮਾਰਨ ਲੱਗਿਆ ਨਵਤੇਜ ਨੇ ਖੋਲ੍ਹੀ, ਅਤੇ ਭੰਨੀ ਤਾਂ ਲੋਕਾਂ ਨੇ ਆ ਗੱਡੀ, ਅਤੇ ਪਰਚਾ ਨਵਤੇਜ ਗੁੱਗੂ 'ਤੇ ਕਰਤਾ, ਅਤੇ ਉਹਦੇ 'ਤੇ ਫੜ ਲਿਆ 19 ਜਣੇ ਦੇ ਪਰਚਾ ਹੋਇਆ ਬਾਈ ਜੀ, ਇਕੱਲੇ ਨਵਤੇਜ ਗੁੱਗੂ 'ਤੇ ਨਹੀਂ। ਅੱਜ ਨਵਤੇਜ ਦੀ ਗ੍ਰਿਫਤਾਰੀ ਹੋਈ ਆ, ਕੱਲ੍ਹ ਨੂੰ 18 ਬੰਦਿਆਂ ਦੀ ਹੋਰ ਦੀ ਗ੍ਰਿਫਤਾਰੀ ਹੋਊਗੀ, ਉਹਨਾਂ ਨੂੰ ਵੀ ਫੜ ਕੇ ਪੁਲਿਸ ਧੱਕੇ ਨਾਲ ਅੰਦਰ ਕਰੂਗੀ। ਸੋ ਸਾਰੇ ਹਜੂਮ ਨੂੰ ਦੇਸ਼ 'ਚ ਆ ਭਾਵੇਂ ਵਿਦੇਸ਼ 'ਚ ਆ, ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਭਰਾ ਬਣ ਕੇ ਸਾਰੇ ਏਕਤਾ ਬਣਾ ਕੇ ਅਸੀਂ ਜਿਹੜੇ ਸਮਾਜ ਸੇਵੀ ਵੀਰਾਂ ਦੇ ਨਾਲ ਧੱਕੇ ਹੁੰਦੇ ਆ ਉਹਦੇ ਬਾਬਤ ਅਸੀਂ ਆਵਾਜ਼ ਬੁਲੰਦ ਕਰੀਏ, ਹੈ ਨਾ। ਅਤੇ ਮੈਂ ਇੱਕ ਵਿਸ਼ੇਸ਼ ਗੱਲ ਇਹ ਕਹਿਣੀ ਚਾਹੁੰਦਾ, ਜਿਹੜੇ ਵੀਰ ਕਹਿੰਦੇ ਆ ਵੀ ਐਵੇਂ ਚੱਕ ਕੇ ਬੂਥਾ ਲਿਖ ਦਿੰਦੇ ਆ, ਅੱਗੇ ਮੰਨੇ ਨਾਲ ਮੰਨਾ ਵੀਰ, ਉਦਣ ਦਾ 10 ਦਿਨ ਹੋ ਗਏ ਮਸਲੇ ਨੂੰ ਉਲਝੇ ਹੋਏ ਨੂੰ, ਮੰਨਿਆ ਉੱਤੋਂ ਉਦਣ ਦਾ ਭਾਅ ਜੀ ਕਿਉਂ ਨਹੀਂ ਬੋਲੇ ਤੁਸੀਂ, ਠੀਕ ਹੈ ਨਾ। ਅਤੇ ਅੱਜ ਦੀ ਸਾਡੀ ਅਪਡੇਟ ਕੀ ਆ, ਸਾਰਾ ਦਿਨ ਲੰਘ ਗਿਆ, ਅਸੀਂ ਕੀ ਦੱਸਿਆ ਸੰਗਤ ਨੂੰ ਵੀ ਗੁੱਗੂ ਕਿੱਥੇ ਆ, ਕਿਹੜੀ ਪੁਲਿਸ ਨੇ ਚੱਕਿਆ, ਕੀ ਰੌਲਾ ਗਾ, ਕਿਉਂ ਨਹੀਂ ਅਸੀਂ ਦੱਸਿਆ, ਠੀਕ ਆ। ਅਸੀਂ ਮਸ਼ਹੂਰੀਆਂ ਲੈਣ ਵਾਸਤੇ ਇੱਥੇ, ਪਤਾ ਵੀ ਪੁਲਿਸ ਪੰਜਾਬ ਪੁਲਿਸ ਨਾਲ ਖੜਕਦੀ ਆ, ਜਿੱਥੇ ਰੌਲਾ ਪੈਂਦਾ ਫੇਮ ਲੈਣ ਜਾਂਦੇ ਹਾਂ ਅਸੀਂ, ਪਤਾ ਵੀ ਇੱਥੇ ਰੌਲਾ ਇੱਥੇ ਹਬੂਮ ਇਕੱਠਾ ਹੋਇਆ, ਉੱਥੇ ਜਾ ਕੇ ਤਾਂ ਅਸੀਂ ਬੜਾ ਲਾਈਵ ਹੁੰਦੇ ਹਾਂ। ਪਲੀਜ਼ ਹੱਥ ਜੋੜ ਕੇ ਬੇਨਤੀ ਆ, ਮੇਰੀ ਤੁਹਾਡੇ ਨਾਲ ਕਿਸੇ ਨਾਲ ਨਿੱਜੀ ਕੋਈ ਦੁਸ਼ਮਣੀ ਨਹੀਂ ਹੈ, ਕੋਈ ਨਿੱਜੀ ਰੰਜਿਸ਼ ਨਹੀਂ ਹੈ ਤੁਹਾਡੇ ਮੂਹਰੇ। ਜਿਹੜਾ ਵੀਰ ਸੇਵਾ ਕਰਦਾ ਗਾ, ਪਲੀਜ਼ ਉਹਦੇ ਬਾਰੇ ਵੀ ਅਸੀਂ ਕਦੇ ਲਾਈਵ ਹੋ ਕੇ ਦੱਸ ਲਿਆ ਕਰੀਏ ਸੰਗਤ ਨੂੰ ਕਿ ਆਹ ਬੰਦੇ ਨਾਲ ਧੱਕਾ ਹੋ ਰਿਹਾ। ਹੱਥ ਜੋੜ ਕੇ ਬੇਨਤੀ ਆ ਕਿ ਗੁੱਗੂ ਬਾਰੇ, ਜਿਹੜਾ ਗੁੱਗੂ ਵੀਰ ਦੇ ਨਾਲ ਧੱਕਾ ਹੋਇਆ, ਪਲੀਜ਼ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆ, ਭਰਾ ਬਣ ਕੇ ਜਿੰਨੇ ਮੇਰੇ ਵੀਰ ਨੇ, ਬੈਂਸ ਸਾਹਿਬ ਨੂੰ ਵੀ, ਹੁਣ ਬੈਂਸ ਸਾਹਿਬ ਮਜੀਠੀਆ ਨੇ ਵੀ ਫੋਨ ਕੀਤਾ, ਮਜੀਠੀਆ ਸਾਹਿਬ ਕਹਿੰਦੇ ਅਸੀਂ ਕਰਾਂਗੇ, ਕਰੋਗੇ ਕਦੋਂ ਜੀ, ਹੁਣ ਕਰੋ, ਮਗਰੋਂ ਕੀ ਕਰਕੇ ਕਰਨਾ, ਹੁਣ ਤਾਂ ਬੰਦਾ ਫੜ ਲਿਆ ਅੰਦਰ ਕਰਤਾ, ਕੀ ਪਤਾ ਕਿਹੜੀ ਧਾਰਾ ਲਾ ਕੇ ਬੰਦੇ ਨੂੰ ਅੰਦਰ ਧੱਕਣਾ, ਹੈ ਨਾ। ਕਰੋਨਾ ਦੀ ਆੜ ਹੇਠ ਪਰਚਾ ਕੀਤਾ ਗਿਆ ਕਿ ਇੱਥੇ ਮਰੀਜ਼ ਸੀ ਜੀ ਤਾਂ ਕਰਕੇ, ਹੁਣ ਨਵਤੇਜ ਨੂੰ ਥੋੜ੍ਹੀ ਕਰੋਨਾ ਹੋਇਆ ਹੋਇਆ ਸੀਗਾ, ਪ੍ਰੀਟੀਕਲ ਬੰਦੇ, ਕਿ ਉੱਥੇ ਅਕਾਲੀ ਨਹੀਂ ਹੈਗੇ, ਕਿ ਉੱਥੇ ਕਾਂਗਰਸੀ ਨਹੀਂ ਹੈਗੇ, ਕਿ ਉੱਥੇ ਹਾਥੀ ਆ, ਕਿ ਉੱਥੇ ਹਾਥੀ ਵਾਲੀ ਨਹੀਂ ਹੈਗੇ, ਕਿ ਉੱਥੇ ਝਾੜੂ ਵਾਲੇ ਹੈ ਨਹੀਂ ਗੇ, ਉਂਝ ਤਾਂ ਅਸੀਂ ਬਥੇਰਾ ਰੌਲਾ ਪਾਉਂਦੇ ਹਾਂ, ਪੰਜਾਬ ਦੇ ਹਥੈਸੀ ਬਣਦੇ ਹਾਂ। ਹੁਣ ਕਿਉਂ ਨਹੀਂ ਅਸੀਂ ਆਵਾਜ਼ ਬੁਲੰਦ ਕੀਤੀ ਵੀ ਇੱਕ ਸਮਾਜ ਸੇਵੀ ਬੰਦਾ ਜਿਹਨੂੰ ਫੜ ਕੇ ਧੱਕੇ ਨਾਲ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ, ਅਸੀਂ ਕਿਉਂ ਨਹੀਂ ਬੋਲਦੇ, ਕਿਉਂ ਨਹੀਂ ਬੋਲਦੇ? ਗਿਣੀ ਮਿੱਥੀ ਸਾਜ਼ਿਸ਼ ਆ ਔਰ ਸਰਕਾਰ ਦੀ ਸਹਿ ਦੇ ਉੱਤੇ, ਠੀਕ ਆ। ਗੁੱਗੂ ਹੋਰਾਂ 'ਤੇ ਪਰਚਾ ਹੋਇਆ ਸਰਕਾਰ ਦੀ ਸਹਿ, ਕਿਉਂਕਿ ਸਰਕਾਰ ਦੇ ਸਮੇਂ ਸਮੇਂ 'ਤੇ ਗੁੱਗੂ ਬੋਲਦਾ ਰਹਿੰਦਾ, ਉਹਦੀ ਬੜੀ ਤਕਲੀਫ ਹੁੰਦੀ ਆ ਯਾਰ। ਕੰਮ ਚੰਗਾ ਕਰੋ, ਕੋਈ ਸਿਸਟਮ ਚੰਗਾ ਲੈ ਕੇ ਆਓ, ਸਿਸਟਮ ਦੇ ਖਿਲਾਫ਼ ਤਾਂ ਬੰਦੇ ਬੋਲਣਗੇ,
ਠੀਕ ਆ। ਅਤੇ ਸਾਨੂੰ ਫਿਰ ਕਿਉਂ ਤਕਲੀਫ ਹੁੰਦੀ ਆ ਜਦੋਂ ਕੋਈ ਸਿਸਟਮ ਦੇ ਖਿਲਾਫ ਬੋਲਦਾ। ਭਰਾ ਬਣ ਕੇ ਸਾਰਿਆਂ ਨੂੰ ਬੇਨਤੀ ਆ, ਜਿਹੜੇ ਸਿਆਸੀ ਲੋਕ ਨੇ, ਸਿਆਸੀ ਲੋਕ ਜਿਹੜੇ ਵੋਟਾਂ ਦੀ ਖਾਤਰ, ਹੁਣ ਉਹ ਲੋਕ ਕਿੱਥੇ ਆ ਜਿਹੜੇ ਨੇ ਉੱਥੇ ਇਲਾਜ ਕਰਾਏ ਨੇ? ਕੀ ਉਹ ਸੜਕਾਂ 'ਤੇ ਉਤਰ ਸਕਦੇ? 21 ਤਰੀਕ ਦਾ ਨਵਤੇਜ ਨੇ ਪ੍ਰੋਗਰਾਮ ਰੱਖਿਆ ਸੀਗਾ, ਕੱਲ੍ਹ ਸਾਡੀ ਗੱਲਬਾਤ ਹੋਈ ਸੀਗੀ। ਔਰ ਜੇ ਪੰਜਾਬ ਪੁਲਿਸ ਨਹੀਂ ਉਹਨਾਂ ਨਾਲ ਜਿਹੜਾ ਪਰਚਾ ਕੀਤਾ ਵਾਪਸ ਨਹੀਂ ਲੈਂਦੀ ਔਰ ਉਹਨਾਂ ਨੂੰ ਨਹੀਂ ਛੱਡਦੀ ਤਾਂ ਉਹਨਾਂ ਤੋਂ ਉੱਥੇ ਜਿਹੜਾ ਇਹ ਸੰਘਰਸ਼ ਜਿਹੜਾ ਤੇਜ਼ ਕੀਤਾ ਜਾਊਗਾ ਔਰ ਬਹੁਤ ਤੇਜ਼ ਕੀਤਾ ਜਾਊਗਾ। ਫਿਰ ਕੱਲ੍ਹ ਨੂੰ ਇਹ ਨਾ ਕਹੇ ਕੋਈ ਕਿਸੇ ਨੇ ਭਾਈ ਇਹ ਜਿਹੜੀ ਗੱਲਬਾਤ ਆ ਕਾਨੂੰਨ ਆਪਦੇ ਹੱਥ 'ਚ ਲਿੱਤਾ। ਮੈਂ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ, ਵੀਰ ਸੁਖਜਿੰਦਰ ਜੀ ਪੰਜਾਬ ਪੁਲਿਸ ਵਾਲੇ, ਮੰਤਰ ਪ੍ਰਧਾਨ ਮੰਤਰੀ ਆਸ਼ੂ ਔਰ ਵੀਰ ਸੁੱਖ ਜਗਰਾਓ, ਸੁੱਖ ਜਗਰਾਓ ਨਾਲ ਵੀਰ ਨਾਲ ਮੇਰੀ ਗੱਲਬਾਤ ਹੋਈ ਸੀਗੀ, ਉਹਨਾਂ ਨੇ ਵੀ ਸਾਰੀ ਗੱਲਬਾਤ ਬਾਰੇ ਦੱਸਿਆ ਹੈ ਨਾ। ਸੋ ਪਲੀਜ਼ ਆ, ਜਿੰਨਾ ਕੋਈ ਕੁਛ ਕਰ ਸਕਦਾ ਭਰਾ ਬਣ ਕੇ ਕਰੋ ਯਾਰ, ਸਾਰੇ ਇਕੱਠੇ ਹੋ ਕੇ ਨਵਤੇਜ ਗੁੱਗੂ ਦੇ ਬਾਰੇ ਬੋਲੋ। ਉਹ ਬੰਦਾ ਉਹ ਆ ਜਿਹਨੇ ਅਜੀਤ ਪੁੱਲੇ ਦਾ ਸੌਦਾ ਲਾਇਆ, ਠੀਕ ਹੈ ਨਾ। ਦੂਜੇ ਪਾਸੇ ਉਹ ਰੁਪਈਏ ਦੇ ਤਾਂ ਇੱਕ ਪਾਸੇ ਬੱਲੀ ਹੁੰਦੀ ਆ ਅਤੇ ਇੱਕ ਪਾਸੇ ਸ਼ੇਰ ਹੁੰਦਾ ਨਾ ਬਾਈ, ਗੁੱਗੂ ਦਾ ਦੋਨੇ ਪਾਸੇ ਸ਼ੇਰ ਆ। ਸਮਾਜ ਸੇਵਾ ਦੇ ਵਿੱਚ ਵੀ ਉਹ ਸ਼ੇਰਾਂ ਵਾਂਗੂ ਕੰਮ ਕਰਦਾ ਹੈ ਨਾ। ਅਤੇ ਜਿਹੜੇ ਪੰਥ ਵਿਰੋਧੀ ਬੰਦੇ ਆ ਜਿਨ੍ਹਾਂ ਨੇ ਗੁਰੂ ਗ੍ਰੰਥ ਗੁਰੂ ਪੰਥ ਦੀਆਂ ਦੇ ਬਾਰੇ ਉਹਨਾਂ ਨੇ ਕੀਤਾ, ਉਹਨਾਂ ਦੇ ਖਿਲਾਫ਼ ਵੀ ਗੁੱਗੂ ਨੇ ਆਵਾਜ਼ ਬੁਲੰਦ ਕੀਤੀ ਆ। ਸੋ ਸਾਰੇ ਭਰਾਵਾਂ ਨੂੰ ਬੇਨਤੀ ਆ, ਕਿਰਪਾ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਨਵਤੇਜ ਸਿੰਘ ਗੁੱਗੂ ਬਾਰੇ, ਵੀਰ ਬਾਰੇ ਜ਼ਰੂਰ ਸਾਰੇ ਵੀਰ ਆਪੋ ਆਪਣੇ ਕਮੈਂਟਸ ਦਿਓ ਅਤੇ ਇਹਨਾਂ ਲੋਕਾਂ ਨੂੰ ਲਾਹਣਤਾ ਪਾਓ ਜਿਹੜੇ ਲੋਕ ਉੱਥੇ ਸਿਆਸੀ ਸਹਿ ਅਤੇ ਸਰਕਾਰ ਦੀ ਸਹਿ 'ਤੇ ਜਾਂ ਵਰਦੀਆਂ ਪਾ ਕੇ ਗੁੰਡਾਗਰਦੀ ਕਰਦੇ ਆ, ਉਹ ਆਪਣੀ ਗੁੰਡਾਗਰਦੀ ਬੰਦ ਕਰ ਦੇਣ। ਪੰਜਾਬ ਦੇ ਲੋਕ ਜਾਗ ਚੁੱਕੇ ਆ ਔਰ ਪੰਜਾਬ ਦੇ ਲੋਕ ਸੜਕਾਂ 'ਤੇ ਉਤਰਨ ਲਈ ਮਜਬੂਰ ਨੇ, ਪਰ ਕਿਸੇ ਗੱਲ ਕਰਕੇ ਚੁੱਪ ਆ। ਇਹ ਆਪਦੀਆਂ ਧੱਕੇ ਸਾਹੀਆਂ ਜਿਹੜੀਆਂ ਨੇ ਉਹ ਬੰਦ ਕਰ ਦਿਓ। ਜਿੰਨੇ ਵੀਰ ਜੁੜੇ ਆ ਮੈਂ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਜੀ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਭਰਾ ਬਣ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।